ਐਸਡੀਓ ਇਰੀਗੇਸ਼ਨ ਹੋਂ ਤੁਸੀਂ ਬਾਈ ਜੀ? ਆ ਦੇਖ ਲਓ ਭੁਪਿੰਦਰ ਸਿੰਘ ਖੜੇ ਨੇ ਐਸਆਈਏ, ਕਹਿੰਦੇ ਐਸਡੀਓ ਇਰੀਗੇਸ਼ਨ ਨੇ ਸਾਨੂੰ ਆਰਡਰ ਦਿੱਤੇ ਸੀਗੇ ਵੀ ਗੱਟੇ ਨਹੀਂ ਚੱਕਣ ਦੇਣੇ। ਤੁਸੀਂ ਫਿਰ ਐਸਡੀਐਮ ਸਾਹਿਬ ਨੂੰ ਕਹਿ ਦਿਓ ਵੀ ਰਤਨਦੀਪ ਸਿੰਘ ਢਾਲੀਵਾਲ ਆ ਵੀ ਗੱਲ ਕਰ ਲਓ, ਜੇ ਕੋਈ ਕਾਰਵਾਈ ਕਰਨੀ ਹੈ ਚਲੋ ਸਾਡੇ ਤੇ ਕਰ ਦਿਓ, ਜਿੰਨੇ ਲੋਕਾਂ ਦੇ ਬਾਈ ਘਰ ਬਚਾ ਸਕਦੇ ਹੋ ਤਾਂ ਬਚਾ ਲਈਏ ਸੀ ਬਾਈ। ਤੁਸੀਂ ਗੱਟੇ ਚੱਕੋ ਯਾਰ। ਓ ਬਾਈ ਸਵਾਲ ਲਿਆ ਤਾਂ ਤੁਸੀਂ ਸੌ ਲੱਗੇ ਦੋ ਤਿੰਨ ਪੰਜ ਸਾਡੇ ਗੁਣ ਤੁਸੀਂ ਯਾਰ ਬਾਈ ਨਿਆਰਾ ਲਿਆ ਤਾਂ ਬਾਈ ਯਾਰ ਆ ਦੇਖ ਲੈ ਬਾਈ ਗੁਰੀ। ਹਾਂਜੀ ਬਾਈ, ਹਜੇ ਵੀ ਵਿਧਾਇਕ ਦੇ ਮਤਲਬ ਪੀਏ ਨੂੰ ਫੋਨ ਲਾਇਆ, ਉਦੋਂ ਬਾਅਦ ਆ ਚੀਜ਼ਾਂ ਹੋ ਰਹਿਣਗੀਆਂ। ਜੇ ਹਜੇ ਵੀ ਸਰਕਾਰ ਇੱਥੇ ਖੜੀ ਆ ਜਾਂ ਸਰਕਾਰ ਜਿਹੜਾ ਕੁਝ ਕਰ ਰਹੀ ਆ ਸਾਨੂੰ ਨਹੀਂ ਪਤਾ। ਇੱਕ ਪਾਸੇ ਅਸੀਂ ਬਾਰ-ਬਾਰ ਮੈਂ ਟਵੀਟ ਕਰ ਰਿਹਾ ਹਾਂਗਾ, ਮੁੱਖ ਮੰਤਰੀ ਨੂੰ ਅਪੀਲ ਕਰ ਰਹੇ ਆ ਵੀ ਇੱਕ ਨੈਸ਼ਨਲ ਐਮਰਜੈਂਸੀ ਆ ਇਹ, ਪੰਜਾਬ ਦਾ ਜਿਹੜਾ ਲਾਸਟ ਸ਼ਹਿਰ ਆ ਸਰਦੂਲਗੜ੍ਹ ਸਾਰਾ ਡੁੱਬ ਜਾਣਾਗਾ, ਤੇ ਪਿਛਲੇ 4 ਦਿਨਾਂ ਤੋਂ ਅਸੀਂ ਵੀਡੀਓ ਪਾ ਰਹੇ ਆ ਤੇ ਤੁਹਾਡਾ ਪ੍ਰਸ਼ਾਸਨ ਇੱਥੇ ਕਰ ਕੀ ਰਿਹਾ ਜਾਂ ਹੋਰ ਕੀ ਆ? ਫੌਜ ਦੀਆਂ ਕੱਲੀਆਂ ਗੱਡੀਆਂ ਖੜੀਆਂ ਕਿੱਥੇ ਆ? ਐਨਡੀਆਰਐਫ ਦੀਆਂ ਟੀਮਾਂ ਕਿੰਨੇ ਪਸ਼ੂ ਆ, ਕਿੰਨੀਆਂ ਉੱਥੇ ਬੱਕਰੀਆਂ ਖੜੀਆਂ ਹੈਗੀਆਂ, ਕਿਵੇਂ ਉਹ ਮੁੰਡੇ ਰੋ ਰਹੇ ਆ 10-10 ਕਿੱਲੇ ਬਾਹਰ ਛੋੜ ਕੇ ਦੇ ਲਏ ਦੇ ਆ ਯਾਰ। ਰਾਤ ਐਨਲਾਈਜ਼ ਕਰਦਾ ਸੀ ਕਿ ਬੰਦ ਟੁੱਟੂਗਾ। ਹਾਂ ਹਾਂ ਰਾਤ ਹੀ ਰਾਤ ਕਰੇ ਦੋ ਇੱਕ ਰਾਤ ਤੁਹਾਡੇ ਨੇ ਕਿਹਾ ਭਾਈ ਕਿ ਦੋ ਵਜੇ ਤਾਂ ਬਾਈ ਅਸੀਂ ਗੱਟੇ ਖਾਣੇ ਆ ਤੇ ਨਾ ਬਾਈ ਅਸੀਂ ਪੀਣੇ ਅਸੀਂ ਪਿੰਡ ਦਾ ਪਿੰਡ ਬਚਣੇ ਅਸੀਂ ਕੋਈ ਗੱਲ ਨਹੀਂ ਇੱਥੇ ਹੀ ਦੁਬਾਰੇ ਧਰ ਦੇ ਬਾਈ ਸਾਡੇ ਟਰੈਕਟਰ ਚੱਲੀ ਜਾਂਦੇ ਆ ਅਸੀਂ ਕਿਹੜਾ ਘਰੇ ਲੈ ਕੇ ਜਾਣੇ ਆ ਬਾਈ ਯਾਰ ਬੰਨ ਲਾਉਣੇ ਆ ਘਰ ਦੀ ਗੱਲ ਆ ਭੈਣ ਜਿਮੀਦਾਰ ਬਾਈ ਇੱਥੇ ਆ ਕੇ ਵੀਡੀਓ ਬਣਾ ਲਓ ਅਸੀਂ ਗੱਟੇ ਨਹੀਂ ਨਹੀਂ ਬਾਈ ਗੱਟੇ ਲਾਈ ਰਹੇ ਆ ਬਾਈ 6.5 ਫੁੱਟ ਪਾਣੀ ਹੈਗਾ ਉੱਥੇ ਦੇਖ ਲਓ ਜਾ ਕੇ ਕਿੰਨਾ ਹੈਗਾ ਤੁਸੀਂ ਆਓ ਕਿਸ਼ਤੀ ਲੈ ਕੇ।